ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿਦਿਆਰਥੀਆਂ ਲਈ ਅਤੇ ਪੰਜਾਬ ਦੇ ਲੋਕਾਂ ਲਈ ਹਾਂਜੀ ਦੋਸਤੋ ਇਹ ਵੱਡੀ ਖਬਰ ਹੈ ਜਿਹੜੀ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਵਿੱਚ ਕੜਾਕੀ ਦੀ ਠੰਡ ਨੇ ਤੋੜਿਆ ਪਿਛਲੇ ਸਾਲਾਂ ਦਾ 19 ਸਾਲਾਂ ਦਾ ਰਿਕਾਰਡ ਹਾਂਜੀ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਹੋਰ ਬਦੀ ਠੰਡ ਹਾਂਜੀ ਦੋਸਤੋ ਜਿਹੜਾ ਕਿ ਜਿਹੜੀ ਕੱਲ ਨਿਊਜ਼ ਆਈ ਸੀ ਤੁਸੀਂ ਦੇਖ ਸਕਦੇ ਹੋ ਜਨਵਰੀ 4 2023 ਦੀ ਇਹ ਨਿਊਜ਼ ਹੈ ਹਾਂਜੀ ਦੋਸਤੋ ਪੰਜਾਬ ਦੇ ਵਿਦਿਆਰਥੀਆਂ ਲਈ ਇਹ ਨਿਊਜ਼ ਹੈ ਜਿਹੜੀ ਬਹੁਤ ਇੰਪੋਰਟੈਂਟ ਹੋਣ ਵਾਲੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇਹ ਕੜਾਕੇ ਦੀ ਠੰਡ ਹੈ ਜਿਹੜੀ ਕਿ ਪਿਛਲੇ 19 ਸਾਲਾਂ ਦੇ ਰਿਕਾਰਡ ਤੋੜਨੇ ਜਾ ਰਹੀ ਹੈ ਅਤੇ ਇਹ ਜਿਆਦਾ ਠੰਡ ਹੋਣ ਕਾਰਨ ਕੀ ਪਤਾ ਤੁਹਾਨੂੰ 16 ਤਰੀਕ ਤੱਕ ਜਿਹੜੀ ਸਿੱਖਿਆ ਮੰਤਰੀ ਨੇ ਜਿਹੜੀ ਕਿ ਮੌਸਮ ਵਿਭਾਗ ਵੱਲੋਂ ਜਿਹੜਾ ਦੱਸਿਆ ਗਿਆ ਹੈ ਕਿ 16 ਤਰੀਕ ਤੱਕ ਜਿਹੜੀ ਕਿ ਛੁੱਟੀਆਂ ਕਰ ਦਿੱਤੀਆਂ ਜਾਣ ਤੁਹਾਨੂੰ ਹਾਂਜੀ ਦੋਸਤੋ ਇਹ ਪੱਕੀ ਗੱਲ ਕਹੀ ਹੈ ਇੱਕ ਜਿਹੜੀ ਕਿ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਜਿਹੜਾ ਕਿ ਛੁੱਟੀਆਂ ਤੁਹਾਨੂੰ ਜੁਆਕਾਂ ਨੂੰ ਕਰ ਦਿੱਤੀਆਂ ਜਾਣਗੀਆਂ ਤੇ ਨਾਨ ਵਾਰਡ ਕਲਾਸਾਂ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਜਾਣਗੀਆਂ ਤੇ ਜਿਹੜੀ ਬੋਰਡ ਕਲਾਸ ਜਿਵੇਂ ਕਿ 8ਵੀਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਕੂਲ ਲੱਗਣਗੇ ਹਾਂਜੀ ਦੋਸਤੋ ਕੀ ਇਹ ਹੋ ਸਕਦਾ ਹੈ ਮੈਂ ਪੱਕਾ ਸੌਰ ਨਹੀਂ ਕਹਿ ਸਕਦਾ ਪਰ ਜਿਹੜੇ ਕਿ ਅਸੀਂ ਅਪਡੇਟ ਦਿੰਨੇ ਆ ਉਹ 100% ਹੁੰਦੀ ਆ ਪਰ ਤੁਸੀਂ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਹੋਊਗੀ ਪੂਰੀ ਅਪਡੇਟ 50 ਵਿੱਚ 50 ਬਈ ਸਮੇਂ ਸੀਤ ਲਹਿਰ ਦੀ ਚਪੇਟ ਵਿੱਚ ਹੈ ਕੜਾਕੇ ਦੀ ਠੰਡ ਨੇ ਸੁੱਬੇ ਚੱਪਿਛਲੇ 19 ਸਾਲਾਂ ਦੇ ਰਿਕਾਰਡ ਤੋੜ ਦਿੱਤਾ ਹੈ ਪੰਜਾਬ ਵਿਭਾਗ ਨੇ ਦੱਸਿਆ ਹੈ ਕਿ ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲ ਬਾਅਦ ਯਾਨੀ ਕਿ 2003 ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜਿਲ੍ਹਿਆਂ ਵਿੱਚ ਜਿਹੜੀ 10 ਡਿਗਰੀ ਗ੍ਰਾਊਂਡ ਲੈ ਕੇ ਆਈ ਸੀ ਦਿਨ ਦਾ ਤਾਪਮਾਨ ਜਿਹੜਾ ਕਿ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਜਿਹੜਾ ਕਿ ਸਾਲ 2003 ਵਿੱਚ ਜਿਹੜਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਸਭ ਤੋਂ ਵੱਧ ਤਾਪਮਾਨ 11 ਤੋਂ 12 ਡਿਗਰੀ ਤੱਕ ਸੀ ਅਤੇ ਸਾਲ 2021 ਵਿੱਚ ਵੀ ਜਨਵਰੀ ਦੇ ਅੰਦਰ ਠੰਡ ਦਾ ਮੌਸਮ ਸੀ ਪਰ ਫਿਰ ਵੀ ਵੱਧ ਤੋਂ ਵੱਧ ਤਾਪਮਾਨ 11 ਤੋਂ 13 ਡਿਗਰੀ ਤੱਕ ਹੀ ਦਰਜ ਕੀਤਾ ਗਿਆ ਹੈ। ਹਾਂਜੀ ਅੱਗੇ ਤੁਸੀਂ ਦੇਖ ਸਕਦੇ ਹੋ ਮੌਸਮ ਵਿਭਾਗ ਮੁਤਾਬਕਾ 6 ਜਨਵਰੀ ਤੱਕ ਮੌਸਮ ਅਜੀਹਾ ਹੀ ਰਹੇਗਾ। ਹਾਂਜੀ ਦੋਸਤੋ 6 ਜਨਵਰੀ ਤੱਕ ਜਿਹੜਾ ਕਿ ਕੱਲ ਨੂੰ ਆ 6 ਜਨਵਰੀ ਇਹੀ ਰਹੇਗਾ ਅਤੇ आईएमडी ਦੇ ਅਨੁਸਾਰ ਇੱਕ ਪਛਵੀਂ ਗੜਬੜ 7 ਜਨਵਰੀ ਨੂੰ ਹਿਮਾਲੀਅਨ ਖੇਤਰੀ ਨੂੰ ਵੀ ਪ੍ਰਭਾਵਿਤ ਕਰੇਗੀ ਹਿਮਾਲਿਆ ਵਿੱਚ ਬਰਫਬਾਰੀ ਅਤੇ ਬਾਰਿਸ਼ ਹੋਵੇਗੀ ਪੰਜਾਬ ਹਰਿਆਣਾ ਚ ਅੰਸ਼ਕ ਤੌਰ ਤੇ ਬਦਲਵੀਂ ਬਦਲਵਾਈ ਰਹੇਗੀ ਸ਼ੀਤ ਲਹਿਰ ਜਾਰੀ ਰਹੇਗੀ ਹਾਂਜੀ ਦੋਸਤੋ ਇਹ ਜਿਹੜੀ ਵੱਡੀ ਖਬਰ ਤੁਹਾਡੇ ਲਈ ਨਿਕਲ ਕੇ ਆ ਰਹੀ ਸੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਖਬਰ ਨਿਕਲ ਕੇ ਆਈ ਸੀ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਸਕੂਲ ਬੰਦ ਹੋਣਗੇ ਜਾਂ ਨਹੀਂ ਆਪਣੀ رائے ਕਮੈਂਟ ਵਿੱਚ ਕਰਨਾ ਨਾ ਭੁੱਲਣਾ ਅਤੇ ਤੁਹਾਡੇ ਜਿਹੜੇ ਕਿ 16 ਤਰੀਕ ਤੋਂ ਜਿਹੜੇ ਕਿ ਪੇਪਰ ਪ੍ਰੀ ਬੋਰਡ ਹੋਣ ਜਾ ਰਹੇ ਹਨ ਨਾ ਅਤੇ ਉਸ ਬਾਰੇ ਆਪਣੀ ਜਿਹੜੇ ਕਿ ਪੇਪਰ ਤੁਹਾਡੇ ਲਈ ਲੈ ਕੇ ਆਈਏ ਕਿ ਅਤੇ ਜਾਂ ਫਿਰ ਲਾਈਵ ਹੋ ਕੇ ਇਹ ਤੁਹਾਡੀ ਤਿਆਰੀ ਕਰਾਈਏ ਤਾਂ ਆਪਣੀ ਕਮੈਂਟ ਵਿੱਚ ਜਰੂਰ ਦੱਸੋ ਲਾਈਵ ਹੋ ਕੇ ਜੀ ਤੁਹਾਡੀ ਕਲਾਸਾਂ ਲੱਗਣਗੀਆਂ ਅਸੀਂ ਲਾਇਆ ਕਰਾਂਗੇ ਹਰ ਇੱਕ ਸਬਜੈਕਟ ਦੀ ਅਤੇ ਪੇਪਰ ਜਾਂ ਫਿਰ ਪੇਪਰ ਦੀ ਵੀਡੀਓ ਲੈ ਕੇ ਆਈਏ ਤੁਸੀਂ ਕਮੈਂਟ ਆਪਣੀ ਕਮੈਂਟ ਵਿੱਚ ਬਾਕਸ ਵਿੱਚ ਦੇਣਾ ਨਾ ਭੁੱਲਣਾ ਅਤੇ ਇਹ ਜੀ ਹੋਰ ਅਪਡੇਟ ਲਈ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਅਤੇ ਕੰਟੀਨਿਊ ਬੰਡ ਰੱਖਿਓ ਤਾਂ ਕਿ ਇਹ ਜਿਹੜੇ ਕੀ ਸਭ ਤੋਂ ਪਹਿਲਾਂ ਜਿਹੜੇ ਕੀ ਇਹ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਾ